ਕਰੋਨਾ ਕਰੋਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੈਪਸ਼ਨ ਤੁਸੀਂ ਪੜ੍ਹ ਹੀ ਲਈ ਹੋਣੀ ਹੈ ਕਿ ਹਾਓ ਵਿਲ ਫਾਈਟ ਵਿਦ ਕਰੋਨਾ। ਅੱਜ ਕੀ ਤੁਸੀਂ ਵੀਡੀਓ ਦੇ ਵਿੱਚ ਸੁਣ ਹੀ ਰਹੇ ਹੋ, ਸਵੇਰੇ ਸ਼ਾਮ ਮੈਨੂੰ ਲੱਗਦਾ ਕਿ ਅੱਜ ਇੰਡੀਆ ਦਾ, ਭਾਰਤ ਦਾ, ਹਰ ਬੰਦਾ ਪੂਰੀ ਦੁਨੀਆ ਦੇ ਵਿੱਚ ਇੱਕੋ ਚੀਜ਼ ਨੂੰ ਲੈ ਕੇ ਜਿਹੜਾ ਸਵੇਰੇ ਸ਼ਾਮ ਕਰੇ ਟੋਪਿਕ ਚੱਲਦਾ ਹੋਇਆ, ਕਰੋਨਾ 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 ਕਰੋਨਾ। ਪਿਛਲੇ 2 ਦਿਨਾਂ ਤੋਂ, ਪਿਛਲੇ 48 ਘੰਟਿਆਂ ਤੋਂ ਮੈਂ ਕੁਛ ਵੀਡੀਓਜ਼ ਫੇਸਬੁੱਕ 'ਤੇ ਵਾਇਰਲ ਹੁੰਦੀਆਂ ਦੇਖ ਰਿਹਾ ਆਪਣੇ ਮੈਡੀਕਲ ਸਿਸਟਮ ਦੇ ਉੱਤੇ, ਅਤੇ ਉਹਨਾਂ ਨੂੰ ਦੇਖ ਕੇ ਮੇਰੇ ਦਿਲ ਦੇ ਵਿੱਚ ਇੱਕੋ ਖਿਆਲ ਆ ਰਿਹਾ ਕਿ ਪਿਛਲੇ 4 ਸਾਲਾਂ ਤੋਂ ਸਾਡੀ ਐਨ ਜੀ ਓ ਵੀ ਡੋ ਨੋਟ ਅਸੈਪਟ ਮਨੀ ਔਰ ਥਿੰਗਸ ਨੇ ਇੱਕੋ ਮੁੱਦੇ 'ਤੇ ਗੱਲ ਕੀਤੀ, ਬਿਨਾਂ ਕਿਸੇ ਪਾਰਟੀ ਦਾ ਨਾਮ ਲਏ, ਬਿਨਾਂ ਕਿਸੇ ਪੋਲੀਟੀਸ਼ੀਅਨ ਦਾ ਨਾਮ ਵਰਤੇ ਔਰ ਬਿਨਾਂ ਕਿਸੇ ਹੋਰ ਨੂੰ ਗਾਲਾਂ ਕੱਢ ਕੇ ਆਪਣਾ ਨਾਮ ਚਮਕਾਏ। ਪਿਛਲੇ 4 ਸਾਲਾਂ ਤੋਂ ਕਿਸੇ ਵੀ, ਕਹਿ ਲਓ ਕਿ ਸਰਕਾਰ ਨੇ, ਭਾਵੇਂ ਉਹ ਪੰਜਾਬ ਸਰਕਾਰ ਹੈ, ਭਾਵੇਂ ਉਹ ਇੰਡੀਆ ਸਰਕਾਰ ਹੈ, ਭਾਵੇਂ ਉਹ ਸਾਡੇ ਮਾਨਯ ਪ੍ਰਧਾਨ ਮੰਤਰੀ ਜੀ ਹੈ, ਉਹਨਾਂ ਤੱਕ ਵੀਡੀਓ ਪਹੁੰਚਾਉਣ ਦੀ ਤਾਂ ਸਾਡੇ 'ਚ ਇੰਨੀ ਪਾਵਰ ਹੈ ਨਹੀਂ, ਨਾ ਅਸੀਂ ਇੰਨੇ, ਕਹਿ ਲਓ ਕਿ ਮਤਲਬ ਇੱਦਾਂ ਦੀ ਵਰਡਿੰਗ ਰੱਖਦੇ ਹਾਂ ਕਿ ਸਾਡੀ ਵੀਡੀਓ ਸਾਡੇ ਮਾਨਯ ਪ੍ਰਧਾਨ ਮੰਤਰੀ ਤੱਕ ਪਹੁੰਚ ਸਕੇ। ਪਰ ਅੱਜ ਦੀ ਵੀਡੀਓ ਜ਼ਰੂਰ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੀ ਹੈ ਕਿ ਪਿਛਲੇ 4 ਸਾਲਾਂ ਦੀ ਤੁਸੀਂ ਸਾਡੀ ਵੀਡੀਓਜ਼ ਫੇਸਬੁੱਕ 'ਤੇ ਜਾ ਕੇ ਦੇਖੋ, ਉਹੀ ਮੁੱਦੇ ਵਾਰ ਵਾਰ ਚੱਕੇ ਹੋਏ ਆ ਜਿਨ੍ਹਾਂ ਦੇ ਨਾਲ ਅੱਜ ਅਸੀਂ ਬਹੁਤ ਬੁਰੀ ਤਰ੍ਹਾਂ ਜੂੰਝ ਰਹੇ ਹਾਂ। ਛੋਟੀ ਜਿਹੀ ਇਗਜ਼ਾਮਪਲ ਦੇ ਨਾਲ ਵੀਡੀਓ ਸ਼ੁਰੂ ਕਰਦਾ। ਜਦੋਂ ਇੱਕ ਮਾਲ ਬਣਾਇਆ ਜਾਂਦਾ ਹੋਵੇ ਜਾਂ ਇੱਕ ਬਹੁਤ ਵੱਡੀ ਬਿਲਡਿੰਗ, ਮਲਟੀ ਸਟੋਰੀ ਫਲੈਟ ਬਣਾਏ ਜਾਂਦੇ ਹੋਣ ਨਾ, ਤਾਂ ਉਹ ਜਦੋਂ ਬਣ ਜਾਣ ਅਤੇ ਉਦੋਂ ਪਰਮਾਤਮਾ ਨਾ ਕਰੇ, ਖੁਦਾ ਨਾ ਖਾਸ ਕਰ, ਉਹਦੇ 'ਚ ਅੱਗ ਲੱਗ ਜਾਵੇ ਫਲੈਟਾਂ ਦੇ ਵਿੱਚ, ਤਾਂ ਉਦੋਂ ਮੈਡੀਕਲ ਸਿਸਟਮ ਨਹੀਂ ਲਾਇਆ ਜਾਂਦਾ, ਉੱਥੇ ਮੈਡੀਕਲ ਸਿਸਟਮ ਪਹਿਲਾਂ ਲਾਇਆ ਜਾਂਦਾ। ਫਾਇਰ ਬ੍ਰਿਗੇਡ ਦੇ ਜਿਹੜੇ ਉੱਥੇ ਫਾਇਰ ਇਕਵਿਪਮੈਂਟਸ ਹੁੰਦੇ ਆ ਉਹ ਪਹਿਲਾਂ ਲਾਏ ਜਾਂਦੇ ਆ ਉੱਥੇ, ਨਾ ਕਿ ਅੱਗ ਲੱਗਣ ਤੋਂ ਬਾਅਦ। ਪਰ ਅੱਜ ਸਾਡੇ ਜਿੰਨੇ ਵੀ ਮੁੱਦੇ ਫੇਸਬੁੱਕ 'ਤੇ ਸਰਕਾਰਾਂ 'ਚ ਉੱਠ ਰਹੇ ਨੇ, ਉਹ ਉੱਠ ਰਹੇ ਨੇ ਅੱਗ ਲੱਗਣ ਤੋਂ ਬਾਅਦ। ਮੈਂ ਇਹ ਵੀ ਗੱਲ ਨਾਲ ਸਹਿਮਤ ਹਾਂ ਕਿ ਚਲੋ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਦੁਨੀਆ ਦੇ ਵਿੱਚ ਆ ਸਕਦੀ ਹੈ ਔਰ ਇਹਦਾ ਇਲਾਜ ਨਿਕਲਣ ਨੂੰ ਇੰਨੀ ਦੇਰ ਲੱਗ ਸਕਦੀ। ਹਾਲਾਂਕਿ ਸਾਡਾ ਸਾਰਾ ਪ੍ਰਸ਼ਾਸਨ, ਸਾਰੇ ਸਾਇੰਟਿਸਟ ਸਵੇਰੇ ਸ਼ਾਮ ਮੈਨੂੰ ਲੱਗਦਾ ਕਿ ਨੀਂਦਾਂ ਆਪਣੀਆਂ ਛੱਡ ਕੇ, ਖਾਣਾ ਪੀਣਾ ਭੁੱਲ ਕੇ ਇਹਦੀ ਦਵਾਈ ਵੱਲ ਲੱਗੇ ਹੋਏ ਆ, ਪਰ ਫਿਰ ਵੀ ਅਸੀਂ ਨਾਕਾਮ ਹਾਂ, ਹਜੇ ਤੱਕ ਇਹਦੀ ਦਵਾਈ ਨਹੀਂ ਬਣ ਪਾਈ। ਕਿਉਂਕਿ ਇਹ ਜਿਹੜਾ ਵਾਇਰਸ ਹੈ ਇੰਨੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਕਿ ਇਹਦੀ ਦਵਾਈ ਜਲਦੀ ਨਾ ਲੱਭ ਸਕੇ। ਇਸ ਗੱਲ ਨਾਲ ਮੈਂ ਸਹਿਮਤ ਹਾਂ ਸਰਕਾਰਾਂ ਨਾਲ ਕਿ ਠੀਕ ਹੈ ਤੁਹਾਡੇ ਕੋਲ ਖੜ੍ਹੇ ਪੈਰ ਲੋਕਡਾਊਨ ਕਰਨਾ ਪਿਆ, ਖੜ੍ਹੇ ਪੈਰ ਤੁਹਾਡੇ ਕੋਲ ਕੋਈ ਸਿਸਟਮ ਨਹੀਂ ਸੀਗਾ। ਪਰ ਪਿਛਲੇ 4 ਸਾਲਾਂ ਤੋਂ ਮੇਰਾ ਮੁੱਦਾ ਇੱਕੋ ਹੀ ਸੀਗਾ, ਪਿਛਲੇ 4 ਸਾਲਾਂ ਤੋਂ ਮੈਂ ਵੀਡੀਓ 'ਚ ਇੱਕੋ ਹੀ ਮੁੱਦਾ ਬੋਲਿਆ ਕਿ ਮੈਡੀਕਲ ਸਿਸਟਮ ਦੇ ਹਾਲਾਤ ਬਹੁਤ ਬੁਰੇ ਆ, ਮੈਡੀਕਲ ਸਿਸਟਮ ਦੇ ਹਾਲਾਤ ਬਹੁਤ ਬੁਰੇ ਆ, ਇਹਦੇ 'ਤੇ ਕੋਈ ਝਾਤੀ ਮਾਰੋ। ਕਿਸੇ ਲੀਡਰ ਨੇ, ਕਿਸੇ ਪੋਲੀਟੀਸ਼ੀਅਨ ਨੇ, ਕਿਸੇ ਪਾਰਟੀ ਨੇ ਆ ਕੇ ਬਾਂਹ ਨਹੀਂ ਫੜੀ ਕਿ ਵੀਰੇ ਤੇਰੇ ਟੌਪਿਕ ਬੜੇ ਜੈਨੂਅਨ ਹੈ, ਤੂੰ ਤੂੰ ਗਰਾਊਂਡ ਲੈਵਲ 'ਤੇ ਕੰਮ ਕਰਕੇ ਜਿਹੜੇ ਮੁੱਦੇ ਚੱਕਦਾ ਉਹ ਬਿਲਕੁਲ ਜੈਨੂਅਨ ਨੇ, ਅਸੀਂ ਤੇਰਾ ਸਾਥ ਦਿੰਦੇ ਹਾਂ ਔਰ ਜਿੱਥੇ ਤੁਹਾਨੂੰ ਲੋੜ ਆ ਉੱਥੇ ਤੂੰ ਖੜ। ਅੱਜ ਮੈਂ ਗੱਲ ਕਰਨ ਲੱਗਾ ਕਿ ਜਦੋਂ ਵੀ ਕੋਈ ਵੀ ਅੱਜ ਇਤਿਹਾਸ ਪੜਿਆ ਜਾਵੇ ਜਾਂ ਤੁਸੀਂ ਜਿੰਨਾ ਵੀ ਤੁਹਾਨੂੰ ਦੁਨੀਆ 'ਚ ਆਏ ਟਾਈਮ ਹੋ ਗਿਆ, ਜਿੰਨੇ ਵੀ ਤੁਸੀਂ ਲੋਕ ਵੀਡੀਓ ਦੇਖ ਰਹੇ ਹੋ, ਗੱਲ ਦਾ ਮੈਨੂੰ ਜਵਾਬ ਦਿਓ। ਅੱਜ ਤੱਕ ਇਤਿਹਾਸ ਫਰੋਲ ਕੇ ਦੇਖੋ, ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਭਾਵੇਂ ਉਹ ਬਾਰਡਰ 'ਤੇ ਹੋਈਆਂ, ਬਾਰਡਰ 'ਤੇ ਜੰਗ ਹੋਈ ਹੈ ਆਪਣੇ ਦੇਸ਼ ਨੂੰ ਲੈ ਕੇ, ਕੀ ਉਹ ਅਸੀਂ ਇਕੱਲੇ ਉੱਥੇ ਦੇ ਫੌਜੀਆਂ ਨੂੰ ਇਹ ਕਹਿ ਸਕਦੇ ਹਾਂ ਕਿ ਅਸੀਂ ਤੁਹਾਨੂੰ ਮੋਟੀਵੇਟ ਕਰਦੇ ਹਾਂ ਔਰ ਬਿਨਾਂ ਹਥਿਆਰਾਂ ਤੁਸੀਂ ਜੰਗ ਲੜ ਲਓ? ਅਫਕੋਰਸ ਦਿਸ ਇਜ਼ ਨੋਟ ਪ੍ਰੈਕਟੀਕਲੀ ਪੋਸੀਬਲ ਟੂ ਫਾਈਟ ਵਿਦਆਊਟ ਵੈਪਨਸ। ਅੱਜ ਆਪਾਂ ਹਰ ਇੱਕ ਡਾਕਟਰ ਦਾ, ਨਰਸ ਦਾ ਹੌਸਲਾ ਵਧਾ ਰਹੇ ਹਾਂ, ਕਦੀ ਤਾੜੀਆਂ ਮਾਰ ਕੇ ਔਰ ਅੱਜ ਸ਼ਾਮੀ ਮੋਮਬੱਤੀਆਂ ਚੁਕਾ ਕੇ। ਅਸੀਂ ਮੋਮਬੱਤੀਆਂ ਚਲਾਉਣ ਦੇ ਤਾਂ ਅਸੀਂ ਤਾੜੀਆਂ ਵਜਾਉਣ ਦੇ ਖਿਲਾਫ ਨਹੀਂ ਹਾਂ। ਜੇ ਸਾਡੇ ਮਾਨਯ ਪ੍ਰਧਾਨ ਮੰਤਰੀ ਜੀ ਸਾਡੀ ਜਨਤਾ ਨੂੰ ਕਹਿਣਗੇ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਹ ਕੰਮ ਕਰੋ, ਆਹ ਚੀਜ਼ ਕਰੋ ਤੁਸੀਂ, ਤਾਂ ਲੋਕ ਉਹ ਵੀ ਕਰਨਗੇ, ਕਿਉਂਕਿ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਲੋਕ ਉਹਨਾਂ ਦੀ ਗੱਲ ਮੰਨਣਗੇ। ਪਰ ਸਾਡੇ ਲੀਡਰਾਂ ਤੱਕ, ਸਰਕਾਰਾਂ ਤੱਕ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿ ਜੰਗ ਦੇ ਮੈਦਾਨ ਦੇ ਵਿੱਚ ਜਾਣ ਲਈ ਇਕੱਲੀਆਂ, ਕਹਿ ਲਓ ਕਿ ਮੋਮਬੱਤੀਆਂ ਥਾਲੀਆਂ ਵਜਾਉਣ ਨਾਲ ਜਾਂ ਐਪਰੀਸੀਏਸ਼ਨ ਨਾਲ ਨਹੀਂ ਜੰਗ ਦਿੱਤੀ ਜਾਣੀ, ਉਹਨਾਂ ਨੂੰ ਹਥਿਆਰਾਂ ਦੀ ਲੋੜ ਪੈਣੀ ਹੈ। ਸਾਹਮਣੇ ਉਹ ਜਦੋਂ ਬੰਬ ਦੇ ਗੋਲੇ ਚੱਲਦੇ ਹੁੰਦੇ ਆ, ਦੂਜੇ ਦੇਸ਼ਾਂ ਵੱਲੋਂ ਗੋਲੀਆਂ ਚੱਲ ਰਹੀਆਂ ਹੁੰਦੀਆਂ, ਕੀ ਸਾਡੇ ਫੌਜੀ ਬਿਨਾਂ ਹਥਿਆਰਾਂ ਤੋਂ ਜੰਗ ਲੜ ਸਕਦੇ? ਨਹੀਂ ਲੜ ਸਕਦੇ। ਸਾਡੇ ਫੌਜੀਆਂ ਨੂੰ ਕੀ ਚਾਹੀਦਾ ਹੁੰਦਾ? ਸਾਡੇ ਫੌਜੀਆਂ ਨੂੰ ਉਹਨਾਂ ਨਾਲ ਲੜਨ ਵਾਸਤੇ ਹਥਿਆਰ ਚਾਹੀਦੇ ਹੁੰਦੇ ਆ, ਜਿਹੜੇ ਅੱਜ ਸਾਡੇ ਮੈਡੀਕਲ ਸਿਸਟਮ ਕੋਲ ਨਹੀਂ ਆ। ਮੈਂ ਕਿੰਨੀਆਂ ਵੀਡੀਓਜ਼ ਨਰਸਾਂ ਦੀਆਂ ਫੇਸਬੁੱਕ 'ਤੇ ਦੇਖ ਰਿਹਾ, ਜਿਹੜੀਆਂ ਭੈਣਾਂ ਵਿਚਾਰੀਆਂ ਕਹਿ ਕੇ ਥੱਕ ਗਈਆਂ ਕਿ ਸਾਡੇ ਕੋਲ ਮੈਡੀਕਲ PPE ਕਿੱਟਸ ਨਹੀਂ ਨੇ, ਅਸੀਂ ਉਹ ਕਿੱਟਾਂ ਤੋਂ ਬਗੈਰ ਪੇਸ਼ੈਂਟ ਦਾ ਇਲਾਜ ਕਿੱਦਾਂ ਕਰੀਏ? ਅੱਜ ਮੈਂ ਲਿਖ ਕੇ ਸਪੈਸ਼ਲ, ਜਿਹੜੀ ਕਹਿ ਲਓ ਕਿ ਜਿਹੜੇ ਬਹੁਤ ਖਾਸ ਮੁੱਦੇ ਜ਼ਰੂਰੀ ਤੁਹਾਡੇ ਤੱਕ ਪਹੁੰਚਾਉਣੇ ਆ, ਮੈਂ ਸਪੈਸ਼ਲ ਲਿਖ ਕੇ ਲਿਆਇਆ ਕਿ ਜਿਹੜੀ PPE ਕਿੱਟਸ ਨੇ
ਦੁਨੀਆ ਦੇ ਵਿੱਚ ਅੱਜ ਉਸ ਤੋਂ ਬਿਨਾਂ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਪੀਪੀ ਕਿੱਟਸ ਯੂਜ਼ ਵੀ ਕਰ ਰਹੇ ਨੇ ਉਹ ਡਾਕਟਰਸ ਨੂੰ ਵੀ ਕਰੋਨਾ ਹੋ ਰਿਹਾ, ਇਹ ਕਿੱਥੇ ਲਿਖਿਆ ਹੋਇਆ ਕਿ ਜਿਹੜੇ ਇੰਡੀਆ ਦੇ ਵਿੱਚ ਇਕੱਲੇ ਮਾਸਕ ਨਾਲ ਅਤੇ ਇਕੱਲੇ ਗਲਵਸ ਪਾਉਣ ਨਾਲ ਅਸੀਂ ਕਰੋਨਾ ਵਾਇਰਸ ਨਾਲ ਲੜ ਸਕਦੇ ਹਾਂ? ਕਿੰਨੀਆਂ ਕਿੱਟਾਂ ਡਾਟਾ ਦੇ ਨਾਲ ਇਹ ਅਵੇਲੇਬਲ ਹੋਣੀਆਂ ਚਾਹੀਦੀਆਂ ਗੂਗਲ ਦੇ ਉੱਤੇ ਕਿ ਕਿੰਨੀਆਂ ਕਿੱਟਾਂ ਅਵੇਲੇਬਲ ਹੋਣੀਆਂ ਚਾਹੀਦੀਆਂ ਸਾਡੇ ਭਾਰਤ ਦੇਸ਼ ਦੇ ਵਿੱਚ ਔਰ ਕਿੰਨੀਆਂ ਹੈਗੀਆਂ, ਇਫੈਕਟਿਵ ਕਿੰਨੀਆਂ ਨੇ? ਚਾਈਨਾ ਦੇ ਵਿੱਚ ਚਾਈਨਾ ਤੋਂ ਜਿਹੜੀਆਂ ਕਿੱਟਾਂ ਬਾਕੀ ਦੇਸ਼ਾਂ ਨੂੰ ਗਈਆਂ ਸੀ ਉਹ ਰਿਫਿਊਜ਼ਡ ਹੋ ਚੁੱਕੀਆਂ ਕਿ ਇਹ ਇਫੈਕਟਿਵ ਨਹੀਂ ਨੇ, ਸਾਡੇ ਵਾਲਿਆਂ ਦੀ ਕਿੱਟਾਂ ਕਿੱਥੋਂ ਆ ਰਹੀਆਂ, ਕਿੰਨੀਆਂ ਕੁ ਇਫੈਕਟਿਵ ਨੇ, ਇਹਨਾਂ ਬਾਰੇ ਜ਼ਰੂਰ ਪਤਾ ਲੱਗੇ। ਜਿਹੜਾ N95 ਮਾਸਕ ਡਾਕਟਰਸ ਲਈ ਜਾਂ ਨਰਸਿਸ ਲਈ ਜਾਂ ਉੱਥੇ ਦੇ ਕਹਿ ਲਓ ਕਿ ਮੈਡੀਕਲ ਸਟਾਫ ਲਈ ਵਰਤਿਆ ਜਾ ਰਿਹਾ ਉਹ ਕਿੰਨਾ ਕੁ ਇਫੈਕਟਿਵ ਹੈ, ਕਿੰਨਾ ਕੁ ਇਫੈਕਟਿਵ ਨਹੀਂ ਆ, ਜ਼ਰੂਰ ਦੱਸਿਆ ਜਾਵੇ। ਸਭ ਤੋਂ ਵੱਡੀ ਗੱਲ ਕੀ ਹੈ, ਅੱਜ ਡਾਕਟਰਸ ਨੂੰ ਅਸੀਂ ਸਾਰੀ ਦੁਨੀਆ ਐਪਰੀਸ਼ੀਏਟ ਕਰ ਰਹੀ ਹੈ, ਉਹਨਾਂ ਨੂੰ ਕਹਿ ਲਓ ਕਿ ਹੌਸਲਾ ਵਧਾਈ ਕਰ ਰਹੀ ਹੈ। ਕੀ ਇਕੱਲੇ ਹੌਸਲੇ ਨਾਲ ਡਾਕਟਰ ਇਹ ਕਰੋਨਾ ਦੀ ਜੰਗ ਜਿੱਤ ਸਕਦੇ ਆ? ਜਦੋਂ ਮੈਂ ਫੋਰ ਯੋਰ ਕਾਇੰਡ ਇਨਫੋਰਮੇਸ਼ਨ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਡਾਕਟਰਸ ਨੇ ਇੱਕ ਪੇਸ਼ੈਂਟ ਦੇ ਮੂੰਹ ਦੇ ਵਿੱਚ ਵੈਂਟੀਲੇਟਰ ਪਾਈਪ ਪਾਣੀ ਹੁੰਦੀ ਨਾ, ਵੈਂਟੀਲੇਟਰ ਦੀ ਪਾਈਪ ਜਦੋਂ ਇੱਕ ਪੇਸ਼ੈਂਟ ਦੇ ਮੂੰਹ ਦੇ ਵਿੱਚ ਪਾਣੀ ਹੁੰਦੇ ਤਾਂ 1 ਤੋਂ 1.5 ਫਿੱਟ ਦਾ ਫਾਸਲਾ ਹੁੰਦਾ ਡਾਕਟਰ ਦਾ ਅਤੇ ਪੇਸ਼ੈਂਟ ਦਾ। ਉਹ ਡਾਕਟਰਸ ਨੂੰ ਕਿੰਨੀ ਕੁ ਫੈਸਿਲਿਟੀ ਅੱਜ ਅਸੀਂ ਦਿੱਤੀ ਆ ਆਪਣੇ ਇੰਡੀਆ ਦੇ ਵਿੱਚ ਕਿ ਉਹ ਡਾਕਟਰਸ ਇਹ ਬਿਮਾਰੀ ਤੋਂ ਬਚੇ ਰਹਿਣ ਔਰ ਅੱਗੇ ਇਲਾਜ ਕਰ ਸਕਣ? ਡਾਕਟਰ ਸਟਾਫ ਲਈ ਕਿੰਨੀਆਂ ਐਕੋਮੋਡੇਸ਼ਨ ਫੈਸਿਲਿਟੀਆਂ ਸਰਕਾਰ ਨੇ ਦਿੱਤੀਆਂ, ਭਾਵੇਂ ਉਹ ਪੰਜਾਬ ਸਰਕਾਰ ਹੈ, ਭਾਵੇਂ ਉਹ ਸੈਂਟਰ ਹੈ, ਭਾਵੇਂ ਉਹ ਸਟੇਟ ਹੈ। ਦੇਖੋ ਅਸੀਂ ਆਮ ਨਾਗਰਿਕ ਹਾਂ, ਅਸੀਂ ਯੂਥ ਹਾਂ। ਜੇ ਪੰਜਾਬ ਦੇ ਵਿੱਚ ਅੱਜ ਮੋਦੀ ਸਾਹਿਬ ਦੀ ਸਰਕਾਰ ਨਹੀਂ ਹੈਗੀ ਪਰ ਇੰਡੀਆ ਦੇ ਵਿੱਚ ਤਾਂ ਪੰਜਾਬ ਆਉਂਦਾ ਨਾ, ਜੇ ਅੱਜ ਸਾਡੇ ਕੈਪਟਨ ਸਾਹਿਬ ਨੇ 6700 ਕਰੋੜ ਰੁਪਏ ਦਾ ਜਿਹੜਾ ਟੈਕਸ ਮੰਗਿਆ ਹੈ ਮੋਦੀ ਸਾਹਿਬ ਕੋਲ, ਉਹ ਦੇਣਾ ਚਾਹੀਦਾ ਹੈ ਫਿਲਹਾਲ ਦੀ ਘੜੀ। ਗੱਲਾਂ ਤਾਂ ਮੇਰੇ ਦਿਲ 'ਚ ਇੱਦਾਂ ਦੀਆਂ ਹੈਗੀਆਂ ਪਰ ਜਿਹੜੀਆਂ ਕਹਿ ਲਓ ਕਿ ਕੌੜੀਆਂ ਲੱਗਣੀਆਂ ਪਰ ਸੱਚ ਨੇ। ਅੱਜ ਜੋ ਹਾਲਾਤ ਸਾਡੇ ਭਾਰਤ ਦੇਸ਼ ਦੇ ਹੋ ਚੁੱਕੇ ਨੇ ਇਹਦਾ ਜ਼ਿੰਮੇਦਾਰ ਕੌਣ ਹੈ? ਮੈਡੀਕਲ ਫੀਲਡ ਦੇ ਵਿੱਚ ਤੁਸੀਂ ਅੱਜ ਮੇਰੇ ਨਾਲੋਂ ਜ਼ਿਆਦਾ ਕਹਿ ਲਓ ਕਿ ਮੇਰੇ ਬੋਲਣ ਨਾਲੋਂ ਜ਼ਿਆਦਾ ਤੁਸੀਂ ਫੇਸਬੁੱਕ 'ਤੇ ਆਪ ਸ਼ਰੇਆਮ ਦੇਖ ਰਹੇ ਹੋ ਕੀ ਹਾਲਾਤ ਕੀ ਹੋ ਰਹੇ ਨੇ, ਸਾਡੇ ਮੈਡੀਕਲ ਸਿਸਟਮ ਕਿੰਨਾ ਕੁ ਪ੍ਰਪੇਅਰ ਸੀ। ਜਿੱਦਾਂ ਕਿ ਮੈਂ ਐਗਜ਼ਾਮਪਲ ਨਾਲ ਸਾਂਝਾ ਕੀਤਾ ਕਿ ਜਦੋਂ ਬਿਲਡਿੰਗ ਬਣਾਉਂਦੇ ਹੁੰਦੇ ਹਾਂ ਪਤਾ ਕੀ ਹੁੰਦਾ ਹੁੰਦਾ, ਮੈਂ ਪਿਛਲੇ 4 ਸਾਲਾਂ ਦੇ ਵਿੱਚ ਹੌਸਪੀਟਲ ਫੀਲਡ ਦੇ ਵਿੱਚ ਬਹੁਤ ਕੁਛ ਨੋਟਿਸ ਕੀਤਾ, ਮੇਰੇ ਨਾਲ ਬਹੁਤ ਕੁਛ ਹੋਇਆ, ਕਈ ਹੌਸਪੀਟਲਾਂ 'ਚ ਮੈਂ ਬੈਨ ਵੀ ਹੋਇਆ, ਕਈਆਂ ਜਗ੍ਹਾ ਮੈਨੂੰ ਧਮਕੀਆਂ, ਬਹੁਤ ਕੁਛ ਹੋਇਆ ਨਾ। ਆਪਾਂ ਇਹ ਟੋਪਿਕ ਨਾ ਆਈ ਛੇੜੀਏ ਤਾਂ ਅਸੀਂ ਰਗ ਰਗ ਤੋਂ ਵਾਕਫ ਹਾਂ ਆਪਣੇ ਹੈਲਥ ਸਿਸਟਮ ਦੇ, ਹੈ ਨਾ। ਕੋਈ ਮੈਂ ਇਕੱਲੀ ਕਰੋਨਾ ਵਾਇਰਸ ਬਿਮਾਰੀ ਦੇ ਵਿੱਚ ਲਾਈਵ ਆਉਣਾ ਸ਼ੁਰੂ ਨਹੀਂ ਹੋ ਗਿਆ, ਪਿਛਲੇ 4 ਸਾਲਾਂ ਦੀ ਵੀਡੀਓ ਦੇ ਵਿੱਚ ਜਿਹੜੇ ਅੱਜ ਮੁੱਦੇ ਭਖੇ ਹੋਏ ਨੇ ਮੈਂ 3 ਸਾਲ ਪਹਿਲਾਂ ਵੀਡੀਓ 'ਚ ਬੋਲਦੇ ਸੀ ਕਿ ਆਹ ਹਾਲਾਤ ਨੇ ਸਾਡੇ। ਇੱਕ ਸਾਹ ਦੀ ਪ੍ਰੋਬਲਮ ਜਦੋਂ ਪੇਸ਼ੈਂਟ ਨੂੰ ਹੁੰਦੀ ਹੈ ਵਿਦਇਨ 10 to 20 ਮਿੰਟਸ ਔਰ ਆਈ ਕੈਨ ਸੇ ਕਿ ਵਿਦਇਨ ਹਾਫ ਆਵਰ, ਨੋਟ ਮੋਰ ਦੈਨ ਹਾਫ ਆਵਰ ਔਰ 45 ਮਿੰਟਸ, ਉਹਦੇ ਵਿੱਚ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਨੀਡ ਪੈ ਜਾਂਦੀ ਹੈ ਜਿਹਨੂੰ ਸਾਹ ਦੀ ਪ੍ਰੋਬਲਮ ਹੋ ਗਈ। ਮੈਨੂੰ ਇਹ ਦੱਸਿਆ ਜਾਵੇ ਕਿ ਸਾਡੇ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਕਿੰਨੇ ਵੈਂਟੀਲੇਟਰ ਪਏ ਨੇ? ਜਵਾਬ ਹੋਊਗਾ ਕਿ ਵੀ ਹੈਵ ਓਨਲੀ ਵੈਂਟੀਲੇਟਰ ਫੈਸਿਲਿਟੀ ਇਨ PGI, ਇਨ ਪਟਿਆਲਾ ਰਜਿੰਦਰਾ ਔਰ ਇਨ ਫਰੀਦਕੋਟ। ਕੀ ਇੱਕ ਲੁਧਿਆਣੇ ਦੇ ਵਿੱਚ ਅਸਥਮਾ ਪੇਸ਼ੈਂਟ ਜੇ ਪਰਮਾਤਮਾ ਨਾ ਕਰੇ ਉਹਦਾ ਕਰੋਨਾ ਪੋਜ਼ਿਟਿਵ ਆ ਜਾਂਦਾ, ਉਹਨੂੰ ਅਸੀਂ PGI ਲੈ ਕੇ ਜਾਵਾਂਗੇ 1.5 ਘੰਟੇ ਦੇ ਰਸਤੇ ਦੇ ਵਿੱਚ ਕਿ ਜਾ ਕੇ ਉੱਥੇ ਇਹਨੂੰ ਐਡਮਿਟ ਕਰੇ, ਉਦੋਂ ਤੱਕ ਰਸਤੇ ਦੇ ਵਿੱਚ ਪੇਸ਼ੈਂਟ ਨੂੰ ਕੁਛ ਵੀ ਹੋ ਜਾਵੇ? ਜਿਹੜੇ ਡਾਕਟਰਸ ਅੱਜ ਆਪਣੀ ਜਾਨ ਨਾਲ ਖਿਲਵਾੜ ਕਰਕੇ, ਨਰਸਿਸ ਆਪਣੀ ਜਾਨ ਨਾਲ ਖਿਲਵਾੜ ਕਰਕੇ ਆਪਣੇ ਘਰਦਿਆਂ ਕੋਲੋਂ ਕਹਿ ਲਓ ਕਿ ਦੂਰ ਹੋ ਕੇ ਅੱਜ ਜਿਹੜੀ ਦੇਸ਼ ਦੀ ਸੇਵਾ ਲਈ ਲੱਗੇ ਹੋਏ ਨੇ, ਉਹਨਾਂ ਲਈ ਅਸੀਂ ਕੀ ਅਨਾਊਂਸਮੈਂਟ ਕਰ ਰਹੇ ਹਾਂ ਕਿ ਜੇ ਪਰਮਾਤਮਾ ਨਾ ਕਰੇ ਉਹਨਾਂ ਨੂੰ ਕੁਛ ਹੋ ਜਾਂਦਾ ਤਾਂ ਉਹਨਾਂ ਦੀ ਫੈਮਿਲੀ ਨੂੰ ਕੀ ਮਿਲੂਗਾ? ਉਹਨਾਂ ਲਈ ਸਪੈਸ਼ਲ ਅਵਾਰਡ ਫੰਕਸ਼ਨ ਰੱਖਣੇ ਚਾਹੀਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। 15 ਅਗਸਤ ਨੂੰ ਅਸੀਂ ਜਿਹਨਾਂ ਨੂੰ ਅਵਾਰਡ ਕਰਦੇ ਹਾਂ, ਇਸ 15 ਅਗਸਤ ਨੂੰ ਜੇ ਕਰੋਨਾ ਠੀਕ ਹੋ ਜਾਂਦਾ ਤਾਂ ਦੈਟ ਡਾਕਟਰ ਸ਼ੁੱਡ ਬੀ ਅਵਾਰਡਿਡ ਜਿਹਨਾਂ ਨੇ ਆ ਔਖੀ ਘੜੀ ਦੇ ਵਿੱਚ ਇੰਨਾ ਸਾਥ ਦਿੱਤਾ। ਅੱਗੇ ਆ ਜਾਓ, 11,600 ਬੰਦਿਆਂ ਮਗਰ ਪੂਰੇ ਇੰਡੀਆ ਦੇ ਵਿੱਚ ਇੱਕ ਡਾਕਟਰ, 11,600 ਮਰੀਜ਼ਾਂ ਦੇ ਮਗਰ, 130 ਕਰੋੜ ਦੀ ਆਬਾਦੀ ਦੇ ਮਗਰ ਇੱਕ ਡਾਕਟਰ ਹੈ। ਤੁਸੀਂ ਆਪ ਹਿਸਾਬ ਲਾ ਲਓ, ਜੇ ਪਰਮਾਤਮਾ ਨਾ ਕਰੇ ਬਿਮਾਰੀ ਫੈਲ ਕੇ ਤਾਂ ਇਲਾਜ ਕਿੱਥੋਂ ਆਉਣਾ? 130 ਕਰੋੜ ਦੀ ਆਬਾਦੀ ਦੇ ਵਿੱਚ ਇੰਡੀਆ ਦੇ ਵਿੱਚ ਸਿਰਫ 40,000 ਵੈਂਟੀਲੇਟਰ ਅਵੇਲੇਬਲ ਨੇ। ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਹੋਏਗਾ ਕਿ ਹੁਣ ਖੜ੍ਹੇ ਪੈਰ ਕੀ ਕੀਤਾ ਜਾਵੇ? ਜਦੋਂ ਘਰ ਦੇ ਵਿੱਚ ਕੋਈ ਅੱਗ ਲੱਗ ਜਾਂਦੀ ਹੈ ਨਾ ਤਾਂ ਉਦੋਂ ਖੜ੍ਹੇ ਪੈਰ ਕਹਿ ਲਓ ਕਿ ਉਹ ਲਿਆ ਕੇ ਨਾ ਸਮਾਨ ਅੱਗ ਬੁਝਾਉਣ ਵਾਲਾ ਨਹੀਂ ਰੱਖੀਦਾ ਹੁੰਦਾ, ਪਹਿਲਾਂ ਤਿਆਰੀ ਕਰਕੇ ਰੱਖੀਦੀ ਹੈ। ਔਰ ਜੇ ਇੱਕ ਵਾਰ ਘਰ 'ਚ ਅੱਗ ਲੱਗਣ ਤੋਂ ਬਾਅਦ ਅਸੀਂ ਫਿਰ ਨਹੀਂ ਘਰੇ ਫਾਇਰ ਸਿਸਟਮ ਲਵਾਇਆ, ਅਸੀਂ ਫਾਇਰ ਇਕਵਿਪਮੈਂਟਸ ਨਹੀਂ ਲਵਾਏ ਤਾਂ ਸਾਡੇ ਤੋਂ ਵੱਡਾ ਬੁਜ਼ਿਲ ਕੋਈ ਵੀ ਨਹੀਂ। ਅੱਜ ਪੂਰੇ ਇੰਡੀਆ ਦੇ ਵਿੱਚ OPDs ਡਾਕਟਰਸ ਦੀਆਂ ਬੰਦ ਨੇ। ਪ੍ਰੈਗਨੈਂਟ ਵੂਮੈਨਸ ਨੂੰ ਮੈਂ ਆਪ ਫੋਨ 'ਤੇ ਸੁਣ ਰਿਹਾ, ਉਹਨਾਂ ਦੀ ਚੀਕਾਂ ਕਿ ਵੀਰੇ ਕੋਈ ਵੀ ਡਾਕਟਰ ਹੱਥ ਪਾਉਣ ਨੂੰ ਤਿਆਰ ਨਹੀਂ ਹੈ, ਅਸੀਂ ਕੀ ਕਰੀਏ? ਉਹਨਾਂ ਨੂੰ ਰੋਂਦੇ ਮੈਂ ਕੁਰਲਾਉਂਦੇ ਮੈਂ ਸੁਣਿਆ ਆਪਣੇ ਕੰਨੀ, ਕੋਈ ਸੁਣੀ ਸੁਣਾਈ ਗੱਲ ਨਹੀਂ ਬੋਲ ਰਿਹਾ, ਮੈਂ ਆਪ ਇਹ ਮਹਿਸੂਸ ਕੀਤੀ ਹੈ ਕਿ ਉਹਨਾਂ ਦਾ ਜ਼ਿੰਮੇਦਾਰ, ਜਾਂ ਜੇ ਉਹਨਾਂ ਦੀ ਇੱਕ ਕਰੋਨਾ ਤੋਂ ਅਲੱਗ ਬਿਮਾਰੀ ਨਾਲ ਮੌਤ ਹੋ ਜਾਂਦੀ ਉਹਨਾਂ ਦਾ ਜ਼ਿੰਮੇਦਾਰ ਕੌਣ ਹੈ?
ਹੁਣ ਦੂਜੀ ਗੱਲ ਤੇ ਆ ਜਾਓ, ਫੰਡਸ ਇਕੱਠੇ ਹੋ ਰਹੇ ਨੇ ਸਾਡੀ ਸਰਕਾਰਾਂ ਵੱਲੋਂ ਕਿ ਇਸ ਔਖੀ ਕੜੀ ਦੇ ਵਿੱਚ ਫੰਡਾਂ ਦੀ ਲੋੜ ਹੈ, ਜ਼ਰੂਰ ਲਾਏ ਜਾਣ। ਪਿਛਲੇ ਲੰਮੇ ਸਮੇਂ ਤੋਂ ਜਦੋਂ ਦੀ ਸਾਡੀ ਐਨ ਜੀ ਓ ਮੈਡੀਕਲ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਵੀਡੀਓਜ਼ ਕੀ ਕਿਸੇ ਲੀਡਰ ਤੱਕ, ਕੀ ਕਿਸੇ ਕਹਿ ਲਓ ਕਿ ਬੰਦੇ ਤੱਕ ਐਸੇ ਨਹੀਂ ਪਹੁੰਚੀ ਕਿ ਉਹਨਾਂ ਨੂੰ ਮੈਡੀਕਲ ਜਿਹੜੇ ਸਿਸਟਮ ਦੇ ਹਾਲਾਤ ਉਹਨਾਂ ਵੀਡੀਓ ਦੇ ਵਿੱਚੋਂ ਨਹੀਂ ਸਮਝ ਆਏ। ਇੱਕ ਵੀਡੀਓ ਅੱਜ ਤੋਂ 3 ਸਾਲ ਪਹਿਲਾਂ ਮੇਰੀ ਬੜੀ ਵਾਇਰਲ ਹੋਈ ਸੀ, ਤੁਸੀਂ ਵੀ ਦੇਖੀ ਹੋਏਗੀ, ਕਿ ਇੱਕ ਲਵਾਰਸ ਲੇਡੀ ਰੋਡ ਤੋਂ ਉੱਤੋਂ ਚੱਕ ਕੇ ਉਹਦੇ ਬੱਚਾ ਹੋਣ ਵਾਲਾ ਸੀ ਹੋਸਪਿਟਲ ਲੈ ਕੇ ਜਾਂਦੇ ਆ, ਪ੍ਰਾਈਵੇਟ ਹੋਸਪਿਟਲ ਵੱਲੋਂ ਉਹਨੂੰ ਜਵਾਬ ਦਿੱਤਾ ਦੇ ਦਿੱਤਾ ਜਾਂਦਾ ਕਿ ਅਸੀਂ ਅਨਨੋਨ ਪੇਸ਼ੈਂਟ ਦਾ ਇਲਾਜ ਨਹੀਂ ਕਰ ਸਕਦੇ, ਤੁਸੀਂ ਇਹਨੂੰ ਸਿਵਲ ਹੋਸਪਿਟਲ ਲੈ ਜਾਓ। ਸਿਵਲ ਹੋਸਪਿਟਲ ਲੈ ਕੇ ਜਾਣ ਤੋਂ ਪਹਿਲਾਂ ਜੇ ਅਸੀਂ ਉਹਨੂੰ ਉੱਥੇ ਲੈ ਕੇ ਜਾਂਦੇ ਤਾਂ ਰੋਡ 'ਤੇ ਹੀ ਉਹ ਸਾਡੀ ਭੈਣ ਬੱਚਾ ਕਹਿ ਲਓ ਕਿ ਬੱਚੇ ਦਾ ਜਨਮ ਹੋ ਚੁੱਕਾ ਸੀ ਔਰ ਬੱਚੇ ਦੀ ਮੌਤ ਹੋ ਗਈ ਇਸ ਕਰਕੇ ਕਿ ਕਿਸੇ ਵੀ ਪ੍ਰਾਈਵੇਟ ਹੋਸਪਿਟਲ ਨੇ ਉਹਦਾ ਇਲਾਜ ਨਹੀਂ ਕੀਤਾ। ਮੈਨੂੰ ਤੁਸੀਂ ਹੁਣ ਇਹ ਦੱਸੋ, ਉਸ ਵੀਡੀਓ ਨੂੰ 5-6 ਮਿਲੀਅਨ ਵਿਊਜ਼ ਆਏ, ਸਾਰੇ ਲੋਕਾਂ ਨੇ ਦੇਖਿਆ, ਹਰ ਬੰਦੇ ਤੱਕ ਉਹ ਵੀਡੀਓ ਪਹੁੰਚੀ, ਔਰ ਅੱਜ ਮੈਨੂੰ ਇਹ ਲੱਗਦਾ ਕਿ ਜਿੰਨੀਆਂ ਵੀ ਵੀਡੀਓ ਅਸੀਂ ਜ਼ਿੰਦਗੀ ਦੇ ਵਿੱਚ ਪਾਈਆਂ ਸੀ ਸਿਰਫ ਆਮ ਲੋਕਾਂ ਨੂੰ ਮੋਟੀਵੇਟ ਕੀਤਾ, ਹੋਰ ਕਿਸੇ ਦੇ ਸਿਰ 'ਤੇ ਜੂ ਨਹੀਂ ਖੁਰਕੀ। ਇਹ ਗੱਲ ਸੱਚ, ਜੇ ਖੁਰਕੀ ਹੁੰਦੀ ਤਾਂ ਅੱਜ ਮੈਡੀਕਲ ਸਿਸਟਮ ਦੇ ਹਾਲਾਤ ਘੱਟੋ ਘੱਟ ਸਾਡੇ ਲੁਧਿਆਣੇ ਦੇ ਇਹ ਨਾ ਹੁੰਦੇ। ਅੱਗੇ ਆ ਜਾਓ, ਇੰਡੀਆ ਦੇ ਵਿੱਚ ਟੋਟਲ 542 MP ਨੇ ਔਰ 4116 MLA ਨੇ। ਜੇ ਸਾਰੇ MP ਲੱਖ ਲੱਖ ਰੁਪਏ ਫੰਡ ਦੇਣ ਨਾ ਤਾਂ 54 ਕਰੋੜ ਰੁਪਇਆ ਹੁੰਦਾ, ਔਰ ਜੇ ਸਾਰੇ MLA 1-1 ਲੱਖ ਰੁਪਏ ਦੇ ਦੇਣ ਤਾਂ 411 ਕਰੋੜ ਪਲੱਸ ਰੁਪਈਏ ਬਣ ਜਾਂਦੇ ਆ, ਔਰ ਕਿੰਨਾ ਰੁਪਈਆ। ਪਰ ਗੱਲ ਫਿਰ ਉਹੀ ਆ ਗਈ, ਫੰਡ ਇਕੱਠੇ ਕਰਕੇ ਹੁਣ ਡਾਕਟਰ ਥੋੜ੍ਹੀ ਹੋਰ ਪੈਦਾ ਕਰ ਲੈਣਗੇ, ਵੈਂਟੀਲੇਟਰ ਥੋੜ੍ਹੀ ਹੋਰ ਬਣਾ ਲੈਣਗੇ, ਹੁਣ ਬੈੱਡ ਥੋੜ੍ਹੀ ਹੋਸਪਿਟਲਾਂ ਦੇ ਹੋਰ ਬਣਾ ਲੈਣਗੇ, ਤਾਂ ਪਹਿਲਾਂ ਤਿਆਰੀਆਂ ਕਰਨ ਵਾਲੀਆਂ। ਪਰ ਹੁਣ ਗੱਲ ਕਹਾਂਗੇ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਸਾਡੇ ਕੋਲ ਅੱਜ ਇਕਿਪਮੈਂਟਸ ਹੈਗੇ ਆ, ਕੀ ਅਸੀਂ ਉਹਨਾਂ ਨਾਲ ਇਹ ਜੰਗ ਜਿੱਤ ਸਕਦੇ ਹਾਂ? ਹਾਂ, ਅਸੀਂ ਜਿੱਤ ਸਕਦੇ ਹਾਂ ਜੇ ਅਸੀਂ। ਮੈਂ ਬੜੇ ਦਿਨਾਂ ਤੋਂ ਵੀਡੀਓ ਸੁਣ ਰਿਹਾ ਸਾਰੇ, ਮੈਂ ਆਪ ਹਰ ਗੱਲ 'ਚ ਵੀਡੀਓ 'ਚ ਕਹਿ ਰਿਹਾ ਸੀਗਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇਣ ਦੀ ਸਾਥ ਦੇਣ ਦੀ ਲੋੜ ਹੈ। ਮੈਨੂੰ ਇੱਕ ਗੱਲ ਦੱਸੋ, ਬੀਂਗ ਅ ਯੂਥ, ਮੈਂ ਜੇ ਆਪਣੀ ਗੱਲ ਕਰਾਂ, ਅੱਜ ਮੈਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ, ਆਪਣੇ ਲੋਕਾਂ ਲਈ ਇੱਕ ਇੱਕ ਖੂਨ ਦਾ ਕਤਰਾ ਦੇਣ ਨੂੰ ਤਿਆਰ ਹਾਂ, ਔਰ ਮੇਰੇ ਵਰਗੀ ਕਿੰਨੀ ਯੂਥ ਬੈਠੀ ਹੈ ਜਿਹੜੀ ਇਹ ਕੰਮ ਕਰਨ ਨੂੰ ਤਿਆਰ ਬੈਠੀ ਹੈ। ਪਰ ਦ ਕੁਸਚਨ ਇਜ਼ ਕਿ ਅਸੀਂ ਕੰਮ ਕਿੱਥੇ ਆਵਾਂਗੇ? ਅਸੀਂ ਡਾਕਟਰੀ ਨਹੀਂ ਕੀਤੀ, ਅਸੀਂ ਐਜ਼ ਅ ਵਲੰਟੀਅਰ, ਤੁਸੀਂ ਕੀ ਕਹੋਗੇ ਕਿ ਕਿਸੇ ਨੂੰ ਬਲੱਡ ਦੇਣਾ ਅਸੀਂ ਬਲੱਡ ਦੇ ਸਕਦੇ, ਕਿਸੇ ਨੂੰ ਸਰੀਰ ਦਾ ਕੋਈ ਅੰਗ ਦੇਣਾ ਅਸੀਂ ਅੰਗ ਦੇ ਸਕਦੇ ਹਾਂ? ਇੰਨੀ ਔਖੀ ਬਿਮਾਰੀ ਦੇ ਵਿੱਚ ਅੱਜ ਸਾਰੀਆਂ ਕਹਿ ਲਓ ਕਿ ਧਰਮਾਂ ਦੇ ਲੋਕ, ਧਰਮ ਦੇ ਨਾਲ ਕਹਿ ਲਓ ਸਾਰੇ ਲੋਕ ਅੱਜ ਮਦਦ ਕਰ ਰਹੇ ਨੇ, ਪਰ ਉਹ ਵੀ ਕੀ ਕਰਨਗੇ? ਸਾਡੀ ਟੀਮ ਦੇ ਲੁਧਿਆਣੇ ਦੇ ਵਿੱਚ ਕਹਿ ਲਓ ਕਿ 150 ਵਲੰਟੀਅਰ ਹੈ, 15,000 ਡੋਨਰ ਹੈ। ਅੱਜ ਜੇ ਮੈਂ ਉਹਨਾਂ ਨੂੰ ਫੋਨ ਕਰਾਂ ਕਿ ਮੈਨੂੰ ਤੁਹਾਡੀ ਲੋੜ ਹੈ, ਉਹ ਕਹਿਣਗੇ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਇਸ ਸਮਾਜ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਬਟ ਉਹ ਕਰਨਗੇ ਕੀ? ਮੈਨੂੰ ਇਸ ਚੀਜ਼ ਦਾ ਜਵਾਬ ਜ਼ਰੂਰ ਦਿੱਤਾ ਜਾਵੇ। ਅੱਜ ਜੇ ਕੋਈ ਕਰੋਨਾ ਪੋਜ਼ਿਟਿਵ ਪੇਸ਼ੈਂਟ ਆ ਜਾਂਦਾ ਹੈ, ਕੀ ਸਾਡੇ ਵਰਗੀ ਯੂਥ ਉਸ ਬੰਦੇ ਦਾ ਟ੍ਰੀਟਮੈਂਟ ਕਰ ਸਕਦੀ ਹੈ? ਨਹੀਂ ਕਰ ਸਕਦੇ। ਅਸੀਂ ਸਿਰਫ ਫੰਡਸ ਅਰੇਂਜਮੈਂਟ ਕਰ ਸਕਦੇ ਹਾਂ, ਅਸੀਂ ਸਿਰਫ ਉਹਦੇ ਲਈ ਦੁਆਵਾਂ ਕਰ ਸਕਦੇ ਹਾਂ, ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ, ਅਸੀਂ ਉਹਦਾ ਇਲਾਜ ਨਹੀਂ ਕਰ ਸਕਦੇ। ਉਹਦਾ ਇਲਾਜ ਕੌਣ ਕਰ ਸਕਦਾ? ਨਰਸਿਸ ਅਤੇ ਡਾਕਟਰਸ। ਕਿਹਾ ਉਹ ਨਰਸਿਸ ਅਤੇ ਡਾਕਟਰਸ ਕੋਲ ਪੂਰੇ ਇਕਿਪਮੈਂਟਸ ਉਹਨਾਂ ਕੋਲ ਹੈਗੇ ਨੇ ਕਿ ਉਹ ਅੱਜ ਪੇਸ਼ੈਂਟ ਕੋਲ ਬਿਨਾਂ ਡਰੇ ਜਾ ਸਕਣ? ਮਹਾਂਪੁਰਸ਼ ਭਾਈ ਨਿਰਮਲ ਸਿੰਘ ਜੀ ਦੀ ਜਦੋਂ ਦੇਹਾਂਤ ਦੀ ਖਬਰ ਸੁਣੀ ਤਾਂ ਬੜਾ ਮਨ ਰੋਇਆ, ਉਹ ਰਿਕਾਰਡਿੰਗ ਸੁਣ ਕੇ ਜਦੋਂ ਉਹਨਾਂ ਨੇ ਰਿਕਾਰਡਿੰਗ ਦੇ ਵਿੱਚ ਕਿਹਾ ਕਿ ਮੇਰਾ ਇਲਾਜ ਨਹੀਂ ਹੋ ਰਿਹਾ, ਮੈਨੂੰ ਲੱਗਦਾ ਕਿ ਕੋਈ ਵੀ ਅੱਖ ਐਸੀ ਨਹੀਂ ਹੋਊਗੀ ਜਿਹੜੀ ਨਾ ਰੋਈ ਹੋਵੇ ਰਿਕਾਰਡਿੰਗ ਸੁਣਨ ਤੋਂ ਬਾਅਦ, ਕਿ ਉਹਨਾਂ ਨੇ ਜਾਂਦੇ ਜਾਂਦੇ ਇਹ ਕਹਿਤਾ ਕਿ ਮੇਰਾ ਇਲਾਜ ਨਹੀਂ ਹੋ ਰਿਹਾ। ਇੱਥੇ ਕਿੰਨੀ ਸ਼ਰਮ ਵਾਲੀ ਗੱਲ ਹੈ ਸਾਡੇ ਲਈ। ਇਹ ਉਹੀ ਪੰਜਾਬ ਹੈ, ਇਹ ਭੁੱਲ ਜਾਂਦੇ ਨੇ ਕਈ ਲੋਕ, ਆ ਮੇਰੀ ਵੀਡੀਓ ਜ਼ਰੂਰ ਪੰਜਾਬ ਤੋਂ ਬਾਹਰ ਵਾਲੇ ਵੀ ਦੇਖ ਰਹੇ ਹੋਣਗੇ, ਇਹ ਪੰਜਾਬ ਦੇ ਅੱਜ ਹਾਲਾਤ ਉਹ ਨੇ ਜਿਹੜਾ ਪੰਜਾਬ ਪੂਰੇ ਭਾਰਤ ਦੇਸ਼ ਨੂੰ ਅੰਨ ਦਿੰਦਾ। ਫੋਰ ਯੋਰ ਕਾਇੰਡ ਇਨਫੋਰਮੇਸ਼ਨ, ਜੇ ਕਿਸੇ ਨੂੰ ਨਹੀਂ ਪਤਾ ਤਾਂ ਜਿਹੜਾ ਆਟਾ ਪੂਰੀ ਦੁਨੀਆ ਦੇ ਵਿੱਚ ਸਪਲਾਈ ਹੁੰਦਾ ਨਾ, ਖਾਸ ਕਰ ਇੰਡੀਆ ਦੇ ਵਿੱਚ, ਉਹ ਸਾਰਾ ਪੰਜਾਬ ਤੋਂ ਜਾਂਦਾ। ਪੰਜਾਬ ਇਕੱਲੀ ਐਸੀ ਧਰਤੀ ਪਰਮਾਤਮਾ ਨੇ ਬਖਸ਼ੀ ਹੈ ਪੰਜਾਬ ਦੀ, ਜਿੱਥੋਂ ਅੰਨ ਉੱਗ ਕੇ ਪੰਜਾਬ ਦੇ ਬਾਕੀ ਸੂਬਿਆਂ ਦੇ ਵਿੱਚ ਜਾਂਦਾ, ਔਰ ਅੱਜ ਪੰਜਾਬ ਹੀ ਆਪਣੇ ਪੇਸ਼ੈਂਟਾਂ ਦਾ ਇਲਾਜ ਨਹੀਂ ਕਰ ਪਾ ਰਿਹਾ ਇੰਨਾ ਕੁਛ ਹੋਣ ਦੇ ਬਾਵਜੂਦ। ਲੁਧਿਆਣੇ ਦੀ ਆਬਾਦੀ ਇੰਨੀ ਆ, ਬਿਜ਼ਨਸ ਹੱਬ ਕਿਹਾ ਜਾਂਦਾ, ਇੰਡਸਟਰੀਲਿਸਟ ਕਿਹਾ ਜਾਂਦੇ, ਮਹਿੰਗੀ ਤੋਂ ਮਹਿੰਗੀ ਗੱਡੀ ਲੁਧਿਆਣੇ ਆ, ਬਟ ਸੋਰੀ ਟੂ ਸੇ ਵੀ ਡੂ ਨੋਟ ਹੈਵ ਐਨੀ ਮੈਡੀਕਲ ਕਾਲਜ ਇਨ ਲੁਧਿਆਣਾ, ਗਵਰਨਮੈਂਟ ਮੈਡੀਕਲ ਕਾਲਜ। ਅੱਜ ਸਾਨੂੰ ਹੋਸਪਿਟਲਾਂ ਦੀ ਲੋੜ ਜ਼ਿਆਦਾ, ਜਿੱਦਾਂ ਪੇਸ਼ੈਂਟ ਦੋ ਅੱਜ, ਚਲੋ ਇੱਕ ਗੱਲ ਤੁਹਾਡੀ ਵੀ ਮੰਨ ਲੈਂਦੇ ਹਾਂ ਕਿ ਚਲੋ ਹੁਣ ਤਾਂ ਅਸੀਂ ਲੋਕਡਾਊਨ ਆ, ਹੁਣ ਤਾਂ ਅਸੀਂ ਤਿਆਰੀ ਕਰ ਹੀ ਨਹੀਂ ਸਕਦੇ ਨਾ, ਕਿਉਂਕਿ ਕਰੋਨਾ ਦੱਸ ਕੇ ਆਇਆ ਨਹੀਂ, ਹੈ ਨਾ, ਸਾਨੂੰ ਉਹਨੇ ਤਿਆਰੀ ਕਰਨ ਦਾ ਮੌਕਾ ਵੀ ਨਹੀਂ ਦਿੱਤਾ, ਭਾਵੇਂ ਉਹ ਪਰਮਾਤਮਾ ਵੱਲੋਂ ਆਇਆ ਜਾਂ ਕਿਤੋਂ ਵੀ ਆਇਆ।
ਪਰ ਸਾਨੂੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਕਿ ਅੱਜ ਲੁਧਿਆਣੇ ਦੀ ਕਹਿ ਲਓ ਜੇ ਆਪਾਂ ਗੌਰਮੈਂਟ ਦੀ ਗੱਲ ਸੁਣੀਏ, ਗੌਰਮੈਂਟਸ ਕਹਿੰਦੇ ਕਿ ਵੀ ਡੋਂਟ ਹੈਵ ਸਫੀਸ਼ੀਐਂਟ ਫੰਡਸ ਫੋਰ ਦਾ ਮੈਡੀਕਲ ਕਾਲਜ ਔਰ ਫੋਰ ਦਾ ਵੈਂਟੀਲੇਟਰਸ ਔਰ ਫੋਰ ਦਾ MRI ਮਸ਼ੀਨ ਔਰ ਫੋਰ ਦਾ CT। ਠੀਕ ਹੈ, ਲੁਧਿਆਣੇ ਦੇ ਵਿੱਚ ਇੰਨਾ ਐਕਸੀਡੈਂਟ ਹੁੰਦਾ, ਜੇ ਕਿਸੇ ਨੇ ਫਿਗਰ ਜਾਣਨੀ ਹੋਵੇ ਨਾ ਤਾਂ ਸ਼ਾਮ ਨੂੰ ਸਿਵਲ ਹਸਪੀਟਲ ਜਾ ਕੇ ਬਹਿ ਜਾਓ ਲੁਧਿਆਣੇ, ਉੱਥੇ ਜਾ ਕੇ ਦੇਖਿਓ ਕਿ ਰੋਜ਼ ਦਾ ਕਿੰਨਾ ਐਕਸੀਡੈਂਟ ਹੁੰਦਾ। ਬਟ ਸਾਡੇ ਲੁਧਿਆਣੇ ਦੇ ਵਿੱਚ ਇੱਕ ਵੀ MRI ਮਸ਼ੀਨ ਸਿਵਲ ਦੇ ਵਿੱਚ MRI CT ਸਕੈਨ ਨਹੀਂ ਹੈ, ਕਿਉਂਕਿ ਉਹ ਬਹੁਤ ਮਹਿੰਗੀ ਹੈ, ਕਿਉਂਕਿ ਉਹ ਬਹੁਤ ਮਹਿੰਗੀ ਹੈ ਇਸ ਕਰਕੇ ਸਰਕਾਰ ਅਫੋਰਡ ਨਹੀਂ ਕਰ ਪਾ ਰਹੀ। ਕੀ ਸਰਕਾਰ ਜੇ ਇੱਕ ਪੋਸਟ ਜਾਰੀ ਕਰ ਦੇਵੇ ਲੁਧਿਆਣੇ ਦੇ ਵਿੱਚ ਕਿ ਜਿਹੜੇ ਦਾਨ ਕਰਨਾ ਲੋਕਾਂ ਨੇ ਜਾਂ ਦਸਵੰਧ ਦੇਣਾ, ਮੈਨੂੰ ਲੱਗਦਾ ਕਿ 10 ਮਿੰਟਾਂ ਦੇ ਵਿੱਚ ਵਿੱਚ ਇੰਨੀ ਰਕਮ ਇਕੱਠੀ ਹੋ ਸਕਦੀ ਕਿ ਇੱਕ MRI ਮਸ਼ੀਨ ਲਾ ਲੈਣ। ਕਿੰਨੇ ਦੀ ਮਸ਼ੀਨ ਹੈ, 10 ਕਰੋੜ ਦੀ, 20 ਕਰੋੜ ਦੀ, 100 ਕਰੋੜ ਦੀ? ਲੁਧਿਆਣੇ ਦੇ ਵਿੱਚ 5-5 ਹਜ਼ਾਰ ਕਰੋੜ ਦੀਆਂ ਅਸਾਮੀਆਂ ਬੈਠੀਆਂ। ਫਿਰ ਕਹਿਣਗੇ ਸਾਡੇ ਕੋਲ ਓਪਰੇਟ ਕਰਨ ਵਾਸਤੇ ਸਟਾਫ ਨਹੀਂ ਹੈ। ਇੱਕ ਪ੍ਰਾਈਵੇਟ ਦੇ ਵਿੱਚ ਸਟਾਫ ਓਵਰ ਹੈ, ਗੌਰਮੈਂਟ ਕੋਲ ਸਟਾਫ ਕਿਉਂ ਨਹੀਂ ਹੈ? ਮੈਨੂੰ ਦੱਸੋ ਕਿਹੜਾ ਬੰਦਾ ਗੌਰਮੈਂਟ ਨੌਕਰੀ ਨਹੀਂ ਲੈ ਕੇ ਖੁਸ਼? ਆਪਾਂ ਕਹਿੰਦੇ ਹਾਂ ਕਿ ਮੈਂ ਪਿੱਛੇ ਵੀਡੀਓ ਸੁਣ ਰਿਹਾ ਸੀਗਾ ਕਿ ਸਰਕਾਰ ਕੋਲ ਸਾਰੀ ਸੁਵਿਧਾ ਹੈਗੀਆਂ, ਬਟ ਉਹਨਾਂ ਨੂੰ ਓਪਰੇਟ ਕਰਨ ਵਾਸਤੇ ਉਹਨਾਂ ਕੋਲ ਕਹਿ ਲਓ ਕਿ ਸਕਿਲਡ ਵਰਕਰਸ ਨਹੀਂ ਨੇ, ਸਕਿਲਡ ਡਾਕਟਰ, ਸਕਿਲਡ ਉਹਨਾਂ ਕੋਲ ਇੰਪਲੋਈਜ਼ ਨਹੀਂ ਨੇ। ਕਿਉਂ ਨਹੀਂ ਨੇ, ਕੀ ਕਾਰਨ ਹੈ? ਮੈਂ ਉਹਨਾਂ ਲੋਕਾਂ 'ਚੋਂ ਨਹੀਂ ਹੈਗਾ ਕਿ ਇੱਕ ਪਾਰਟੀ ਨੂੰ ਵਾਹ ਵਾਹ ਕਰਕੇ ਅਤੇ ਦੂਜੀ ਪਾਰਟੀ ਨੂੰ ਗਾਲਾਂ ਕੱਢਾਂ। ਮੇਰੀ ਇੰਨੀ ਔਕਾਤ ਨਹੀਂ, ਮੈਂ ਯੂਥ ਹਾਂ, ਮੈਨੂੰ ਆਹ ਪਾਰਟੀਬਾਜ਼ੀ ਆਉਂਦੀ ਨਹੀਂ। ਮੈਂ ਤਾਂ ਸਿਰਫ ਇੱਕ ਆਮ ਪਬਲਿਕ ਦੇ ਵਿੱਚੋਂ ਸਵਾਲ ਚੱਕ ਰਿਹਾ ਕਿ ਆਹ ਜੋ ਮੇਰਾ ਐਕਸਪੀਰੀਅੰਸ ਹੈ ਨਾ, ਮੈਂ ਕੋਈ ਫੇਸਬੁੱਕ 'ਤੇ ਬੈਠਾ ਜੇ ਤੁਹਾਡਾ ਐਕਸਪੀਰੀਅੰਸ ਸਾਂਝਾ ਨਹੀਂ ਕਰ ਰਿਹਾ। ਮੈਂ ਮੈਡੀਕਲ ਫੀਲਡ ਦੇ ਵਿੱਚ ਪਿਛਲੇ 4 ਸਾਲਾਂ ਤੋਂ ਇਹ ਚੀਜ਼ਾਂ ਮਹਿਸੂਸ ਕੀਤੀਆਂ, ਕਿੰਨੇ ਮਰੀਜ਼ਾਂ ਨੂੰ ਆਪਣੇ ਅੱਖਾਂ ਦੇ ਮੋਹਰੇ ਦੁਨੀਆ ਛੱਡਦੇ ਦੇਖਿਆ ਪੈਸਿਆਂ ਕਰਕੇ। ਇੰਨਾ ਐਕਸੀਡੈਂਟ ਲੁਧਿਆਣੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਵੀ MRI CT ਸਕੈਨ ਮਸ਼ੀਨ ਨਹੀਂ ਲੱਗੀ। ਕਾਰਨ ਕੀ ਹੈ? ਕਿ ਉਹਨਾਂ ਕੋਲ ਫੰਡਸ ਹੈ ਨਹੀਂ? ਫੰਡਸ ਨਹੀਂ ਹੈਗੇ, ਤੁਸੀਂ NGOs ਦੀ ਹੈਲਪ ਲੈ ਕੇ ਉਹ ਫੰਡ ਇਕੱਠੇ ਕਰਕੇ ਇੱਕ ਮਸ਼ੀਨ ਲਾਓ। ਉਸ ਤੋਂ ਬਾਅਦ ਕਹਿੰਦੇ ਸਾਡੇ ਕੋਲ ਸਕਿਲਡ ਵਰਕਰ ਹੈ ਨਹੀਂ। ਸਕਿਲਡ ਵਰਕਰ ਜਦ ਪ੍ਰਾਈਵੇਟ ਹਸਪੀਟਲ 'ਚ ਕੰਮ ਕਰਨ ਨੂੰ ਤਿਆਰ ਹੈ, ਆਪਣੇ ਸਰਕਾਰੀ 'ਚ ਕੰਮ ਕਰਨ ਨੂੰ ਤਿਆਰ ਕਿਉਂ ਨਹੀਂ ਹੈ? ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਇਹ ਕਰੋਨਾ ਬਿਮਾਰੀ ਤੋਂ ਤਾਂ ਜੇ ਲੋਕ ਬਚ ਗਏ। ਕਰੋਨਾ ਦੇ ਮੈਨੂੰ ਲੱਗਦਾ ਕਿ ਚਲੋ ਮੈਨੂੰ ਮੈਂ ਇਹ ਤਾਂ ਨਹੀਂ ਆਪਣੇ ਮੂੰਹੋਂ ਕੱਢ ਸਕਦਾ ਕਿ ਕਰੋਨਾ ਦੀ ਬਿਮਾਰੀ ਦੁਨੀਆ ਦੇ ਵਿੱਚ ਆ ਗਈ ਅਤੇ ਚੰਗਾ ਹੋਇਆ। ਇਹ ਬਿਲਕੁਲ ਚੰਗਾ ਨਹੀਂ ਹੋਇਆ, ਜੋ ਵੀ ਹੋਇਆ ਬੜੇ ਲੋਕਾਂ ਦੀ ਜਾਨ ਗਈ, ਬੜੇ ਲੋਕ ਹਜੇ ਵੀ 13 ਲੱਖ ਤੋਂ ਪਲੱਸ ਕੇਸ ਪੂਰੇ ਦੁਨੀਆ ਦੇ ਵਿੱਚ ਹੋ ਚੁੱਕੇ ਨੇ ਅਤੇ ਸਾਡੇ NRI ਭਰਾ। ਇੱਕ ਹੋਰ ਬੜੀ ਜ਼ਰੂਰੀ ਗੱਲ, ਕਈ ਵਿਦਵਾਨ ਫੇਸਬੁੱਕ 'ਤੇ ਬੈਠੇ NRI ਵੀਰਾਂ ਦਾ ਮਜ਼ਾਕ ਉਡਾ ਰਹੇ ਨੇ ਕਿ NRI ਵੀਰਾਂ ਕਰਕੇ ਬਿਮਾਰੀ ਦੁਨੀਆ ਦੇ ਵਿੱਚ ਆਈ। ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀਰੋ, ਜਿਹੜੇ ਪੰਜਾਬ ਵਾਲੇ ਨੇ ਨਾ, ਉਹ ਤਾਂ ਗੌਰ ਨਾਲ ਇਹ ਗੱਲ ਸੁਣ ਲਿਓ। ਇੰਡੀਆ ਵਾਲਿਆਂ ਜ਼ਿਆਦਾ, ਪੰਜਾਬ ਤੋਂ ਬਾਹਰ ਵਾਲਿਆਂ ਨੂੰ ਨਹੀਂ ਮੈਂ ਇਹ ਗੱਲ ਕਹਿੰਦਾ ਚੰਗਾ ਲੱਗਦਾ, ਮੈਂ ਪੰਜਾਬ 'ਚ ਰਹਿੰਦਾ ਅਤੇ ਮੈਂ ਪੰਜਾਬ ਵਾਲਿਆਂ ਨੂੰ ਇਹ ਗੱਲ ਦੱਸਦਾ ਕਿ ਜਿਹੜੇ NRI ਦੇ ਤੁਸੀਂ ਮਜ਼ਾਕ ਉਡਾ ਰਹੇ ਹੋ, ਸਾਡੀ NGO ਦੇ ਵਿੱਚ 90% ਸੇਵਾ NRI ਵੱਲੋਂ ਹੋਈ ਹੈ। 90% ਜਿਨ੍ਹਾਂ ਨੂੰ ਤੁਸੀਂ ਗੱਲਾਂ ਦੱਸਦੇ ਹੋ ਨਾ, ਹਿਸਾਬ ਦੇ ਨਾਲ 10 ਕਰੋੜ ਰੁਪਏ ਦਾ ਹਿਸਾਬ, 10 ਕਰੋੜ ਰੁਪਇਆ ਕਿੰਨੀਆਂ ਇਹਦੇ ਵਿੱਚ, 10 ਕਰੋੜ ਦੇ ਵਿੱਚ ਕਿੰਨੇ ਲੱਖਾਂ ਪਰਿਵਾਰਾਂ ਦੀ ਜਾਨਾਂ ਬਚੀਆਂ, ਕਿੰਨੇ ਬੱਚਿਆਂ ਦੀਆਂ ਖੁਸ਼ੀਆਂ ਆਈਆਂ, ਇਹ ਡਿਟੇਲ ਡਾਟਾ ਮੇਰੇ ਕੋਲ ਸਾਰਾ ਪਿਆ। ਕਿਹੜਾ ਪੈਸਾ ਕਿਹਨੂੰ ਦੇ ਕੇ ਗਿਆ, ਕਿਹੜੇ ਮਰੀਜ਼ ਨੂੰ ਦੇ ਕੇ ਗਿਆ, ਕਿਹੜੇ ਹੋਸਪਿਟਲ ਦੇ ਕੇ ਗਿਆ, ਇੱਕ ਇੱਕ ਡਿਟੇਲ ਸਾਡੇ ਕੋਲ ਪਈ ਹੈ। ਕੋਈ ਹਵਾ 'ਚ ਤੀਰ ਨਹੀਂ ਮਾਰਦੇ ਅਸੀਂ ਕਿ ਹਾਂ ਵੀ ਹਵਾ 'ਚ ਗੱਲਾਂ ਛੱਡ ਲਈਆਂ ਅਤੇ ਜੋ ਮਰਜ਼ੀ ਬੋਲੀ ਚਲੋ, ਜਨਤਾ ਦਾ ਕੀ। ਮੈਂ ਵੋਟਾਂ ਨਹੀਂ ਲੈਣੀਆਂ ਕਿਸੇ ਕੋਲ ਵੀਰ, ਨਾ ਮੈਂ ਕੋਈ ਨੰਬਰ ਬਣਾਉਣੇ। ਇੱਕ ਦਰਦ ਲੈ ਕੇ ਸੁਸਾਇਟੀ ਦਾ ਚੱਲਿਆ ਅਤੇ ਬਹੁਤ ਵੀਰਾਂ ਨੇ ਸਾਥ ਵੀ ਦਿੱਤਾ, ਬਹੁਤ ਪਿਆਰ ਵੀ ਕਰ ਰਹੇ ਨੇ। NRI ਵੀਰਾਂ ਨੂੰ ਮਾੜਾ ਬੋਲਣ ਦਾ ਮਤਲਬ ਕਿ ਇੱਕ ਰੱਬ ਨੂੰ ਮਾੜਾ ਬੋਲਣਾ। ਇਹ ਕੋਈ ਤਾਰੀਫ ਨਹੀਂ ਕਰ ਰਿਹਾ ਮੈਂ, ਕਿਤੇ ਤੁਸੀਂ ਸੋਚੋ ਮੈਂ ਨੰਬਰ ਬਣਾ ਰਿਹਾ, ਮੈਂ ਮੱਖਣ ਲਾ ਰਿਹਾ। ਸੱਚ, ਹੋਸਪਿਟਲਾਂ ਦੇ ਵਿੱਚ ਜਦੋਂ ਕੋਈ ਮਰੀਜ਼ ਮਰਦਾ ਹੁੰਦਾ ਨਾ, ਤਾਂ ਉਹਦੇ ਘਰਦਿਆਂ ਨੂੰ ਪੁੱਛਿਆ ਕਰੋ ਕਿ ਉਹਦੇ ਲਈ ਉਹ ਪੈਸਿਆਂ ਦੀ ਕੀਮਤ ਕੀ ਹੈ, ਜਾਂ ਉਹ ਬੰਦੇ ਦੀ ਕੀਮਤ ਕੀ ਹੈ ਜਿਹੜਾ ਉਸ ਉਹਦੇ ਬੱਚੇ ਲਈ ਪੈਸੇ ਦੇ ਕੇ ਜਾਂਦਾ। 100 ਵਾਰੀ ਦਿਮਾਗ ਦੇ ਵਿੱਚ ਨਾ ਆਪਣੇ ਆਪ ਨੂੰ ਹਿਲਾ ਲਿਆ ਕਰੋ, ਪੁੱਛ ਲਿਆ ਕਰੋ ਕਿ ਤੁਸੀਂ ਉਹਨਾਂ ਰੂਹਾਂ ਬਾਰੇ ਮਾੜਾ ਬੋਲ ਰਹੇ ਹੋ ਜਿੰਨਾ ਕਹਿ ਲਓ ਕਿ ਪੰਜਾਬ ਬਚਿਆ ਹੀ NRI ਵੀਰਾਂ ਕਰਕੇ ਹੋਇਆ। ਬਾਹਰ ਟਰੱਕ ਚਲਾ ਚਲਾ ਕੇ ਦਸਵੰਧ ਪੇਰਦੇ ਨੇ ਇੱਥੇ ਪੰਜਾਬ ਬਚਣ ਲਈ, ਉੱਥੋਂ ਬਹਿ ਕੇ ਰੋਂਦੇ ਨੇ ਕਿ ਸਾਡਾ ਪੰਜਾਬ ਬਚਾ ਲਓ। ਪੰਜਾਬ ਛੱਡ ਕੇ ਜ਼ਰੂਰ ਗਏ ਨੇ, ਪਰ ਪੰਜਾਬ ਦਿਲੋਂ ਨਹੀਂ ਕੱਢਿਆ NRI ਵੀਰਾਂ ਨੇ। ਔਰ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਉਹਨਾਂ ਦੀ ਟਿਕਟੋਕ ਬਣਾ ਰਹੇ ਹਾਂ ਕਿ NRI ਵੀਰ ਪੰਜਾਬ ਦੇ ਵਿੱਚ ਕਰੋਨਾ ਲੈ ਕੇ ਆਏ, NRI ਵੀਰ ਇੰਡੀਆ ਦੇ ਵਿੱਚ ਕਰੋਨਾ ਲੈ ਕੇ ਆਏ, ਉਹ ਬੈਗ 'ਚ ਪਾ ਕੇ ਲੈ ਕੇ ਆਏ। ਸਾਨੂੰ ਸਾਰਿਆਂ ਨੂੰ ਇਹ ਗੱਲਾਂ 'ਤੇ ਗੌਰ ਕਰਨਾ ਚਾਹੀਦਾ। ਔਰ ਹਾਂ, ਜਿਹੜੀ ਮੈਂ ਜ਼ਰੂਰੀ ਗੱਲ ਇੱਕ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਕਿ ਹੋ ਸਕਦਾ, ਹੋ ਕੀ ਸਕਦਾ, ਸਾਨੂੰ ਆਪਣੇ ਵਾਹਿਗੁਰੂ 'ਤੇ ਵਿਸ਼ਵਾਸ ਹੈ ਕਿ ਆਉਣ ਵਾਲੇ ਮਹੀਨਿਆਂ 'ਚ, ਦਿਨਾਂ 'ਚ ਕਰੋਨਾ ਵਾਇਰਸ ਚਲਾ ਜਾਏਗਾ, ਖਤਮ ਹੋ ਜਾਏਗਾ, ਇਹ ਦੁਨੀਆ 'ਚੋਂ ਚਲਾ ਜਾਏਗਾ ਕਰੋਨਾ ਵਾਇਰਸ। ਜੇ ਫਿਰ ਵੀ ਸਾਨੂੰ ਮੈਡੀਕਲ ਸਿਸਟਮ ਨੂੰ ਲੈ ਕੇ ਸ਼ਰਮ ਨਾ ਆਈ ਨਾ, ਤਾਂ ਇਹ ਗੱਲ ਆਪਣੀ ਸ਼ੀਸ਼ੇ ਮੂਹਰੇ ਖੜ ਕੇ ਤੈਅ ਕਰ ਲਿਓ ਕਿ ਅਸੀਂ ਉਹ ਬੰਦੇ ਹਾਂ ਜਿਹੜੇ ਘਰਦਿਆਂ ਦੇ ਝਿੜਕਣ 'ਤੇ ਨਹੀਂ, ਅੱਗ ਲੱਗਣ ਦੇ ਬਾਅਦ ਵੀ ਘਰੇ ਅੱਗ ਬੁਝਾਉਣ ਵਾਲਾ ਸਮਾਨ ਨਹੀਂ ਲਿਆਉਂਦੇ। ਅਸੀਂ ਉਹ ਲੋਕ ਹਾਂ। ਇੱਕ ਤਾਂ ਬੰਦਾ ਉਹ ਹੁੰਦਾ ਨਾ
ਜਿਹੜਾ ਦੂਜਿਆਂ ਨੂੰ ਗਿਰਦੇ ਦੇਖ ਲੈਂਦਾ ਔਰ ਆਪਣੇ ਜਿਹੜਾ ਘਰ ਦੀ ਗੇਟ ਸਹੀ ਕਰ ਲੈਂਦਾ ਕਿ ਮੈਂ ਨਾ ਡਿੱਗ ਜਾਵਾਂ। ਇੱਕ ਬੰਦਾ ਹੁੰਦਾ ਡਿੱਗ ਕੇ ਵੀ ਸਹੀ ਨਹੀਂ ਕਰਦਾ, ਅਸੀਂ ਉਹਨਾਂ 'ਚੋਂ ਆਵਾਂਗੇ ਹੁਣ। ਅੱਜ ਮੈਡੀਕਲ ਸਿਸਟਮ ਦੇ ਹਾਲਾਤ ਸਾਡੇ ਪੂਰੇ ਇੰਡੀਆ ਨੂੰ ਪਤਾ ਲੱਗ ਚੁੱਕੇ ਆ, ਬੱਚੇ ਬੱਚੇ ਨੂੰ ਪਤਾ ਕਿ ਜੇ ਕਰੋਨਾ ਆ ਗਿਆ ਤਾਂ ਪੂਰੀ ਦੁਨੀਆ ਦੇ ਵਿੱਚੋਂ ਇਕੱਲਾ ਇੰਡੀਆ ਕੰਟਰੀ ਐਸਾ ਹੋਏਗਾ ਜਿਹਦੇ ਕੋਲ ਸਭ ਤੋਂ ਕਮੀ ਹੋਏਗੀ ਇਹ ਬੈੱਡਾਂ ਦੀ, ਸਭ ਤੋਂ ਵੱਡੀ ਕਮੀ ਇਹਨਾਂ ਕੋਲ ਹੋਏਗੀ, ਬਾਕੀ ਕੰਟਰੀਆਂ ਦਾ ਨਹੀਂ ਮੈਨੂੰ ਪਤਾ। ਪਰ ਜੇ ਕਰੋਨਾ ਜਾਣ ਦੇ ਬਾਅਦ ਵੀ ਸਾਡਾ ਮੈਡੀਕਲ ਸਿਸਟਮ ਨਾ ਸੁਧਰਿਆ ਨਾ, ਇਹ ਗੱਲ ਗੌਰ ਕਰ ਲਿਓ, ਅਸੀਂ ਫਿਰ ਇਨਵੀਟੇਸ਼ਨ ਦੇਵਾਂਗੇ ਅੱਗੇ ਨਾ ਅੱਗੇ ਕਿਸੇ ਬਿਮਾਰੀ ਨੂੰ ਕਿ ਤੂੰ ਆ ਜਾ, ਅਸੀਂ ਫਿਰ ਤਿਆਰ ਨਹੀਂ ਹੈਗੇ। ਸਾਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਕਰੋਨਾ ਵਰਗੀ ਬਿਮਾਰੀ ਸਾਨੂੰ ਬਿਨਾਂ ਦੱਸੇ ਆਈ ਹੈ, 5 ਸਾਲ ਬਾਅਦ ਪਰਮਾਤਮਾ ਨਾ ਕਰੇ ਜੇ ਬਿਮਾਰੀ ਦੁਬਾਰਾ ਆ ਜਾਂਦੀ ਤਾਂ ਅਸੀਂ ਹੈਂਡਲ ਕਰ ਸਕਦੇ ਹਾਂ ਕਿਉਂਕਿ ਸਾਨੂੰ ਐਕਸਪੀਰੀਅੰਸ ਹੈ। ਪਰ ਸਾਡੇ ਵਰਗੇ ਕੀ ਦੁਨੀਆ ਦੇ ਵਿੱਚ ਜਦੋਂ ਅਸੀਂ ਵੀਡੀਓਜ਼ ਪਾਉਂਦੇ ਸੀਗੇ ਕਿ ਆਹ ਲੇਡੀ ਰੋਡ 'ਤੇ ਤੜਪ ਰਹੀ ਹੈ, ਆ ਬੱਚੇ ਨੂੰ ਹੋਸਪਿਟਲ 'ਚੋਂ ਕੱਢਤਾ, ਤਾਂ ਲੋਕ ਦੇਖਦੇ ਸੀ, ਸ਼ੇਅਰ ਕਰਦੇ ਸੀ, ਐਪਰੀਸ਼ੀਏਟ ਕਰਦੇ ਸੀ, ਸੋ ਜਾਂਦੇ ਸੀ, ਬਸ ਹੋਰ ਕੋਈ ਫਰਕ ਨਹੀਂ ਪੈਂਦਾ ਸੀ। ਪਰ ਜਦੋਂ ਅੱਜ ਪੂਰੀ ਦੁਨੀਆ ਦੇ ਵਿੱਚ ਸਾਬਤ ਹੋ ਗਿਆ ਕਿ ਮੈਡੀਕਲ ਸਿਸਟਮ ਦੇ ਸਾਡੇ ਕੀ ਹਾਲਾਤ ਨੇ, ਹੁਣ ਸ਼ਾਇਦ ਯਾਰ ਲੋਕ ਕੀ ਕਰਨਗੇ। ਲੋਕ ਟੈਕਸ ਵੀ ਦਿੰਦੇ ਨੇ, ਲੋਕ ਚੈਰਿਟੀ ਵੀ ਦਿੰਦੇ ਨੇ, ਲੋਕ ਆਪਣਾ ਟਾਈਮ ਵੀ ਦਿੰਦੇ ਨੇ, ਲੋਕ ਕੀ ਕਰਨ? ਇਹ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੂੰ ਅਸੀਂ ਚੁਣਿਆ, ਉਹ ਕੋਈ ਵੀ ਲੀਡਰ ਹੈ। ਮੈਂ ਕਿਸੇ ਇੱਕ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ, ਉਹ ਕੋਈ ਵੀ ਲੀਡਰ ਹੈ, ਹਰ ਲੀਡਰ ਦਾ ਫਰਜ਼ ਬਣਦਾ ਹੈ ਕਿ ਆਪਣੀ ਸੋਸਾਇਟੀ ਨੂੰ ਲੈ ਕੇ ਹੈਲਥ ਅਤੇ ਐਜੂਕੇਸ਼ਨ ਵਿੱਚ ਆਰ ਦਾ ਮੋਸਟ ਇੰਪੋਰਟੈਂਟ ਥਿੰਗਸ ਟੂ ਬੀ ਨੋਟਿਸਡ, ਔਰ ਜਿਨ੍ਹਾਂ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਬਣਦਾ ਹੈ, ਇੱਕ ਹੈਲਥ ਅਤੇ ਇੱਕ ਐਜੂਕੇਸ਼ਨ। ਅਸੀਂ ਜਿੰਨੇ ਪੜ੍ਹੇ ਲਿਖੇ ਹਾਂ ਸਾਨੂੰ ਇੰਨਾ ਕੀ ਪਤਾ ਲੱਗਿਆ ਕਿ ਹੈਲਥ ਅਤੇ ਐਜੂਕੇਸ਼ਨ ਬਹੁਤ ਕੰਪਲਸਰੀ ਹੈ ਔਰ ਅਸੀਂ ਉਹਨਾਂ 'ਚ ਹੀ ਫੇਲ ਹਾਂ। ਅੱਜ ਸਾਡੇ ਕੋਲ ਹੈਲਥ ਸਿਸਟਮ ਦੇ ਵਿੱਚ ਕੋਈ ਤਿਆਰੀ ਨਹੀਂ, ਇਹ ਪਤਾ ਲੱਗ ਚੁੱਕਾ ਹੈ, ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਕਿ ਕਿੰਨੀ ਕੁ ਤਿਆਰੀ ਨਾਲ ਅਸੀਂ ਬੈਠੇ ਹਾਂ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਜੇ ਕੋਈ ਲੀਡਰ ਤੱਕ ਇਹ ਵੀਡੀਓ ਪਹੁੰਚਦੀ ਹੈ, ਸਾਡੇ ਵਰਗੀ ਯੂਥ ਦੀ ਜੇ ਕਿਤੇ ਲੋੜ ਹੈ, ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ, ਪਾਰਟੀਬਾਜ਼ੀ ਤੋਂ ਉੱਤੇ ਤੁਹਾਡੇ ਨਾਲ, ਕੋਈ ਅਸੀਂ ਇਲੈਕਸ਼ਨਾਂ ਦੇ ਭੁੱਖੇ ਨਹੀਂ, ਸਾਨੂੰ ਕੀ ਲੋੜ ਪਈ ਹੈ ਕਿ ਆਪਣਾ ਕੰਮ ਕਾਰ ਛੱਡ ਕੇ ਅਸੀਂ ਇੱਥੇ ਸਲਾਹਾਂ ਦਿੰਦੇ ਫਿਰੀਏ। ਬਟ ਅਸੀਂ ਦਰਦ ਮਹਿਸੂਸ ਕਰਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ ਕਿ ਕਿੱਦਾਂ ਹੌਸਪੀਟਲਾਂ ਦੇ ਵਿੱਚ ਬੱਚਿਆਂ ਨੂੰ ਮਰਦੇ ਦੇਖਿਆ ਔਰ ਕਿੱਦਾਂ ਉਹਨਾਂ ਨੂੰ ਹੌਸਪੀਟਲਾਂ 'ਚੋਂ ਬਿਨਾਂ ਦਵਾਈਆਂ ਤੋਂ ਬਿਨਾਂ ਪੈਸੇ ਹੋਏ ਹੌਸਪੀਟਲਾਂ 'ਚੋਂ ਨਿਕਲਦੇ ਦੇਖਿਆ। ਮੈਂ ਮਹਿਸੂਸ ਕੀਤਾ, ਮੇਰੀ ਟੀਮ ਨੇ ਮਹਿਸੂਸ ਕੀਤਾ, ਅਸੀਂ ਗੱਲਾਂ ਨਹੀਂ ਮਾਰੀਆਂ ਇਕੱਲੀਆਂ, ਦੇਖਿਆ। ਜੇ ਕਰੋਨਾ ਜਾਣ ਦੇ ਬਾਅਦ ਵੀ ਸਾਡੇ ਸਿਸਟਮ ਦੇ ਇਹੀ ਹਾਲਾਤ ਰਹੇ ਨਾ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਕਿਤਾਬਾਂ 'ਚ ਹੀ ਪੜ੍ਹਿਆ ਜਾਣਾ ਜੋ ਸਾਡੇ ਹਾਲਾਤ ਹੋ ਰਹੇ ਨੇ। ਮੇਰੀ ਬੇਨਤੀ ਹੈ ਕਿ ਅੱਜ ਅਸੀਂ ਹਰ ਚੀਜ਼ 'ਚ ਅੱਗੇ ਹਾਂ, ਦਸਵੰਧ ਦੇਣ 'ਚ, ਪੈਸੇ ਦੇਣ 'ਚ, ਚੈਰਿਟੀ ਕਰਨ 'ਚ, ਕਿ ਆਪਾਂ ਇਕੱਠੇ ਹੋ ਕੇ ਇੱਕ ਐਸਾ ਹੋਸਪਿਟਲ ਨਹੀਂ ਕ੍ਰੀਏਟ ਕਰ ਸਕਦੇ ਜਿੱਥੇ ਇੱਕ ਹਰ ਸ਼ਹਿਰ ਦੇ ਵਿੱਚ ਲੋੜਵੰਦ ਬੰਦੇ ਦਾ ਇਲਾਜ ਸਸਤਾ ਹੀ ਹੋ ਸਕੇ? ਫ੍ਰੀ ਤਾਂ ਚਲੋ ਬਹੁਤ ਦੂਰ ਦੀ ਗੱਲ, ਇੱਕ ਵੈਂਟੀਲੇਸ਼ਨ ਦੀ ਕੋਸਟ ਕਰੋਨਾ ਵਾਇਰਸ ਦੇ ਪੇਸ਼ੈਂਟ ਜੋ ਤੁਹਾਨੂੰ ਪਤਾ ਹੋਵੇ 10 ਤੋਂ 12 ਹਜ਼ਾਰ ਰੁਪਏ ਬੈੱਡ ਚਾਰਜਿਸ ਆ ਵੈਂਟੀਲੇਟਰ ਦੇ, 10 ਤੋਂ 12 ਹਜ਼ਾਰ। ਉਹ ਇੱਕ ਗਰੀਬ ਬੰਦੇ ਨੂੰ ਜੇ ਲੋੜਵੰਦ ਬੰਦੇ ਨੂੰ ਕਰੋਨਾ ਹੋ ਗਿਆ, ਪਰਮਾਤਮਾ ਨਾ ਕਰੇ, ਤੇ ਉਹ ਕਿੱਥੋਂ 12 ਹਜ਼ਾਰ ਰੁਪਇਆ ਚਾਰਜਿਸ ਪੇ ਕਰ ਲਊਗਾ? ਗੌਰ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਉੱਤੇ, ਅਤੇ ਮੇਰੀ ਬੇਨਤੀ ਹੈ ਵੀਡੀਓ ਜਿੱਥੇ ਤੱਕ ਤੁਸੀਂ ਪਹੁੰਚਾ ਸਕਦੇ ਹੋ ਪਹੁੰਚਾਓ ਕਿ ਸਾਡੇ ਮੈਡੀਕਲ ਸਿਸਟਮ ਦੇ ਕੀ ਹਾਲਾਤ ਨੇ, ਅਤੇ ਇਹਨਾਂ 'ਤੇ ਅਸੀਂ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਨਾਲੋਂ ਇਹਦੇ 'ਤੇ ਇਕੱਠੇ ਹੋ ਕੇ ਕੰਮ ਕਰੀਏ, ਅਤੇ ਜਿੰਨਾ ਹੋ ਸਕੇ ਆਪਣੀ ਸੋਸਾਇਟੀ ਲਈ ਕਰੀਏ। ਬਾਕੀ ਤੁਸੀਂ ਜ਼ਿਆਦਾ ਸਮਝਦਾਰ ਹੋ, ਜੇ ਗੱਲਾਂ ਝੂਠੀਆਂ ਲੱਗੀਆਂ ਤਾਂ ਜਾ ਕੇ ਮਹਿਸੂਸ ਕਰੀਓ, ਕਦੀ ਆਪਣੇ ਨੇੜਲੇ ਹੋਸਪਿਟਲਾਂ 'ਚ ਬਿਨਾਂ ਰੁਪਈਆਂ ਤੋਂ ਕਦੀ ਲੈ ਕੇ ਜਾਈਓ ਪ੍ਰਾਈਵੇਟ ਹੋਸਪਿਟਲ 'ਚ, ਕਰਦੇ ਆ ਇਲਾਜ ਤਾਂ ਮੈਨੂੰ ਜ਼ਰੂਰ ਦੱਸਿਓ, ਮੈਂ ਵੀ ਆਪਣੇ ਸਾਰੇ ਪੇਸ਼ੈਂਟ ਉੱਥੇ ਹੀ ਭੇਜੂੰਗਾ। ਔਰ ਸਰਕਾਰੀ 'ਚ ਕੀ ਹਾਲ ਨੇ ਇਹ ਤੁਹਾਨੂੰ ਪਤਾ ਹੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।